ਸਾਡੀ ਆ ਪਿੱਛੇ 29/11 ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਪੰਜ ਮੰਗਾ ਮੰਨ ਲਈਆਂ ਜਿਹਦੇ ਚ ਪੁਰਾਣੀ ਪੈਨਸ਼ਨ ਉਹਨਾਂ ਨੇ ਕਿਹਾ ਜਨਵਰੀ ਚ ਲਾਗੂ ਕਰਦਾਂ ਖਰੜਾ ਪਹਿਲੇ ਕਰ ਦਾਂਗੇ ਅਸੀਂ ਕਿਹਾ ਪ੍ਰੋਸੀਡਿੰਗ ਚ ਲਿਖ ਦਿਓ ਵੀ ਅਸੀਂ ਆ ਤਰੀਕ 19 ਤਰੀਕ ਨੂੰ ਕਰਾਂਗੇ ਇਹਨੂੰ ਅਸੀਂ ਚੁੱਪ ਕਰਕੇ ਬਹਿ ਜੰਨੇ ਕਹਿੰਦਾ ਬਿਲਕੁਲ ਠੀਕ ਆ ਜੀ ਕੱਲ ਨੂੰ ਤੁਹਾਡੀ ਪ੍ਰੋਸੀਡਿੰਗ ਹੈ ਉਸ ਤੋਂ ਬਾਅਦ 3 ਵਾਰੀ ਮਿਲਾਂ ਅਜੇ ਤਾਈਂ ਪ੍ਰੋਸੀਡਿੰਗ ਜਾਰੀ ਨਹੀਂ ਹੋ ਰਹੀ ਜਿਹਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਅਸੀਂ ਕਿਹਾ ਸੀ ਟਾਈਮ ਬਾਉਂਡ ਕਰ ਦਿਓ ਸਰਕਾਰੀ ਮਕਾਨਾਂ ਦੇ ਵਿੱਚ 16% ਜਿਹੜਾ ਸਾਡੇ ਕੋਲੋਂ ਹਾਊਸ ਰੈਂਟ ਕੱਟੇ ਜਾਂਦਾ ਸੀਗਾ ਲਾਇਸੈਂਸ ਫੀਸ 5% ਕਿਉਂ ਲੈ ਰਹੇ ਹੋ 21% ਹੋ ਗਈ ਉਹ ਵੀ ਕੱਟ ਦਿਓ ਉਹ ਵੀ ਗੱਲ ਹੋ ਗਈ ਵੀ ਠੀਕ ਉਹ ਵੀ ਕਰ ਦਿੰਨੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਆ ਗਈਆਂ 2016 ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ 15% ਦਾ ਪੇ ਕਮਿਸ਼ਨ ਦਾ ਵਾਅਦਾ ਉਹ ਨਹੀਂ ਦਿੱਤਾ ਗਿਆ ਉਹ ਕਰ ਦਿਓ ਰਿਟਾਇਰੀ ਵਿਚਾਰੇ 2.5 ਨੂੰ ਪੇ ਕਮਿਸ਼ਨ ਨੇ ਕਿਹਾ ਵਿੱਤ ਵਿਭਾਗ ਨੇ ਦਿੱਤਾ ਨਹੀਂ ਉਹਨਾਂ ਨੂੰ ਨਹੀਂ ਦੇ ਰਹੇ ਤੁਸੀਂ ਇੱਕ ਗੱਲ ਦੇਖੋ ਸਿੱਤਮ ਦੀ ਗੱਲ 4 ਸਾਲਾਂ ਤੋਂ ਇੱਕ ਐਸੋਸੀਏਸ਼ਨ ਰੋਪੜ ਧਰਨੇ ਤੇ ਬੈਠੀ ਹੋਮਗਾਰਡ ਵਾਲਿਆਂ ਦੀ ਉਹਨਾਂ ਨੂੰ ਅਜੇ ਤਾਈਂ ਜਿਹੜਾ ਹੈਗਾ ਪਰ ਪੈਨਸ਼ਨ ਲਾਗੂ ਨਹੀਂ ਕੀਤੀ ਹੈਗੀ ਉਹਨਾਂ ਨੂੰ ਲਾਰੇ ਲਾਈ ਜਾ ਰਹੇ ਨੇ ਇਸ ਤਰ੍ਹਾਂ ਕਰਕੇ ਕੱਚੇ ਮੁਲਾਜ਼ਮ ਸਭ ਤੋਂ ਵੱਡੀ ਮੰਗ ਜੇ ਪੈਨਸ਼ਨ ਤੋਂ ਬਾਅਦ ਬਰਾਬਰ ਹੈਗੀ ਉਹਨਾਂ ਇਸ ਤੋਂ ਵੀ ਵੱਡੀ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਸੋ ਮੰਗਾ ਜੇ ਮੈਂ ਬੋਲਣ ਲੱਗਾ 2016 ਤੋਂ ਬਾਅਦ ਆਪਾਂ ਜਿਹੜੇ ਸੈਂਟਰ ਦੇ ਪੇ ਕਮਿਸ਼ਨ ਆ 3 ਸਾਲ ਦਾ ਜਿਹੜਾ ਦੇਖੋ ਪ੍ਰੋਬੇਸ਼ਨ ਪੀਰੀਅਡ ਆ ਇਹ ਇੰਨੀਆਂ ਵੱਡੀਆਂ ਵੱਡੀਆਂ ਮੰਗਾ ਹੈਗੀਆਂ ਇੱਕ ਵੀ ਮੰਗ ਨਹੀਂ ਅਜੇ ਤਾਈਂ ਨਿਕਲ ਰਹੀ ਸੋ ਇਹਦੇ ਲਈ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਵਿਚਾਰਧਾਰਾ ਜਾਂ ਕਰਮਬੱਧ ਕਾਨੂੰਨ ਕਰਕੇ ਲੜੀਵਾਰੀ ਕਿਵੇਂ ਪ੍ਰੋਗਰਾਮ ਕਰਨਾ ਉਹ ਸਾਡੇ ਨਾਲ ਬੈਠ ਕੇ ਇੱਕ ਵਾਰੀ ਕਰ ਲੈਣ ਤਾਂ ਕਿ ਅੱਗੇ ਆਉਣ ਵਾਲਾ ਸਮਾਂ ਇਹਨਾਂ ਨੂੰ ਔਖਾ ਨਾ ਹੋਵੇ ਕਿਉਂਕਿ ਲੰਬਾ ਸਮਾਂ ਤੇ ਜੇ ਅਸੀਂ ਤੁਰ ਪਏ ਐਜੀਟੇਸ਼ਨ ਵਾਲ ਨੂੰ ਵੱਡੇ ਨੂੰ ਜਿਵੇਂ ਫਰੰਟ ਬਣਿਆ ਜੇ ਉਹ ਹੀ ਆਪਣੇ ਐਕਸ਼ਨ 'ਚ ਆ ਗਿਆ ਤਾਂ ਬਹੁਤ ਜ਼ਿਆਦਾ ਸਰਕਾਰ ਦਾ ਨੁਕਸਾਨ ਹੋ ਸਕਦਾ।